ਆ ਵੀ ਦਿਨ ਦੇਖਣੇ ਸੀ ਝਾਕਦਾ ਬਿਟਰ ਬਿਟਰ ਜਲੂਸ ਕਢਾ ਕੇ ਰੱਖਦਾ ਸਾਡਾ ਸਾਰੇ ਪਿੰਡ ਦੇ ਵਿੱਚ ਪੱਜ ਪਤੰਦਰਾ ਇਹਨੂੰ ਲਿਜਾਣਾ ਹੀ ਸੀ ਤੇ ਜੰਦਾ ਤੋੜ ਕੇ ਲੈ ਜਾਂਦਾ ਇਹਨੂੰ ਕਨੂੰ ਦੇੜ ਕੇ ਰੱਖ ਦਿੱਤਾ ਈ ਨਾਲੇ ਬਾਪੂ ਤੂੰ ਤਾਂ ਇਹਦੇ ਨਾਂ ਤੇ 10 ਕਿੱਲੇ ਜ਼ਮੀਨ ਲਵਾਉਣ ਨੂੰ ਫਿਰਦਾ ਸੀ ਉਹ ਵੇਚਦੇ ਨਹੀਂ ਸੀ ਹੁਣ ਤੱਕ ਇਹਨੇ ਸਾਰੀ ਉਹ ਬਾਪੂ ਆ ਹੱਥ ਜੋੜੇ ਤੇਰੇ ਅੱਗੇ ਜਾਨ ਤੋਂ ਪਹਿਲਾਂ ਜ਼ਮੀਨ ਵਾਲਾ ਪੰਗਾ ਨਿਬੇੜ ਕੇ ਜਾਈਂ ਅਮਰ ਜਾਣਾ ਕਿਤੇ ਸੌਰੇ ਜਾਣਾ ਤੈ ਉਹ ਜਿਹੜੀ ਸਾਡੇ ਤਿੰਨੇ ਭਰਾਵਾਂ ਦੇ ਹਿੱਸੇ 10-10 ਕਿੱਲੇ ਆਉਂਦੀ ਆ ਨਾ ਜੇ ਉਹ ਬਚਾਉਣੀ ਆ ਉਦੋਂ ਦੋ ਹਿੱਸੇ ਕਰਦੇ ਕਰਕੇ ਵੇਖੋ ਜ਼ਮੀਨ ਦੇ ਦੋ ਹਿੱਸੇ ਕਿ ਵੀ ਮੈਂ ਦੋਹਾਂ ਦੇ ਨਿਆਣੇ ਨਾ ਭੁੱਖੀ ਚਲਾਤੇ ਫੇਰ ਗੱਲ ਕਰਿਓ ਜੇ ਕੋਈ ਬੰਦਾ ਭਟਕ ਕੇ ਗਲਤ ਰਾਤੇ ਪੈ ਹੀ ਗਿਆ ਇਹਦਾ ਮਤਲਬ ਇਹ ਥੋੜਾ ਵਾ ਵੀ ਅਸੀਂ ਉਹਦੇ ਨਾਲ ਧੱਕਾ ਕਰਦੀਏ ਵੇ ਗੱਲ ਸੁਣੋ ਤੁਸੀਂ ਛੋਟੇ ਨਾਲ ਐ ਨਾ ਕਰੋ ਓਏ ਮਾਤਾ ਜੀ ਅਸੀਂ ਇਹਦੇ ਭਲੇ ਦੀ ਇਹ ਗੱਲ ਕਰਦੇ ਆ ਜੇ ਸਾਡੇ ਦੋਨੇ ਭਰਾਵਾਂ ਦੇ ਨਾਂ ਤੇ 15 15 ਕਿੱਲੇ ਲਵਾ ਦੋਂਗੇ ਤਾਂ ਘਟੋ ਘਟ ਸਾਰੀ ਉਮਰ ਇਹਨੂੰ ਰੋਟੀ ਤਾਂ ਦਿੰਦੇ ਰਹਾਂਗੇ ਨਾਗੇ ਤੇ ਬੜੀ ਰੋਟੀ ਖਾ ਰਹਿਆ ਮੈਂ ਮੈਨੂੰ ਸੋਚਣ ਦਾ ਟਾਈਮ ਤਾਂ ਦਿਓ ਓ ਬਾਪੂ ਟਾਈਮ ਹੀ ਤਾਂ ਤੇਰੇ ਕੋਲ ਹੈ ਨਹੀਂ ਇਹਨੇ ਕਿਤੇ ਅਜ ਵਰਗਾ ਇਕੱਤਾ ਝਟਕਾ ਹੋਰ ਦੇਤਾ ਨਾ ਤੈਨੂੰ ਤੂੰ ਪਾਰ ਬੋਲ ਜਾਣਾ ਆ ਤਹਿਸੀਲਦਾਰ ਨਹੀਂ ਨੇ ਤੈਨੂੰ ਹੀ ਸੇ ਕਰਾ ਦੇਣੇ ਆ ਜ਼ਮੀਨ ਤੇ ਬਣਦਾ ਹੀ ਤਿੰਨ ਨੇ ਇਹਨਾਂ ਦੇ ਜਾਣ ਬਾਅਦ ਕਿੰਨੇ ਵੇਖਿਆ ਤੁਸੀਂ ਇਹਨੂੰ ਰੋਟੀ ਦਿਓ ਨਾ ਦਿਓ ਤੂੰ ਤਕੜੀ ਰਹਿ ਪੈਨ ਜੀ ਨਹੀਂ ਗੱਲ ਸੁਣ ਚੰਨੀਏ ਗੱਲ ਤਾਂ ਇਹਨਾਂ ਦੀ ਵੀ ਠੀਕ ਹੈ ਨਸ਼ਿਆਂ ਦਾ ਮਾਰਿਆ ਪਿਆ ਜੇ ਵੇਚ ਵਟ ਗਿਆ ਤੇ ਇਹਦਾ ਕੀ ਬਣੂਗਾ ਤੇ ਫੇਰ ਇਹਦਾ ਵਿਆਹ ਕਰਦੇ ਹੋ ਜਨਾਨੀਆਂ ਨੇ ਤਾਂ ਵੱਡਿਆਂ ਵੱਡਿਆਂ ਨੂੰ ਸੇਵੀਆਂ ਵਟਣ ਲਾਤਾ ਨਹੀਂ ਨਸ਼ਿਆਂ ਪੱਖੋਂ ਤਾਂ ਪਹਿਲਾਂ ਹੀ ਬਦਨਾਮ ਹੈ ਹੁਣਾ ਥਾਣੇ ਵਾਲੀ ਗੱਲ ਫੈਲ ਜੂ ਨੀ ਇਹਨੂੰ ਕੁੜੀ ਕੌਣ ਦਊ ਤੂੰ ਮੇਰੇ ਤੇ ਛੱਡ ਪੈੰਜੀ ਮੈਂ ਆਪੇ ਕਰਾਉਣੀ ਰਿਸ਼ਤਾ ਚਾਚੀ ਇੱਕ ਗੱਲ ਕਰਨ ਖੋਲ ਕੇ ਸੁਣ ਲਾ ਅਸੀਂ ਕੁੜੀ ਵਾਲਿਆਂ ਨਾਲ ਧੋਖਾ ਨਹੀਂ ਕਰਨਾ ਅਸੀਂ ਉਹਨਾਂ ਨੂੰ ਸਾਫ਼-ਸਾਫ਼ ਦੱਸ ਦੇਣਾ ਕਿ ਮੁੰਡਾ ਨਸ਼ੇ ਕਰਦਾ ਆ ਗਾ ਉਹਨਾਂ ਦੀ ਮਰਜ਼ੀ ਆ ਜੇ ਫੇਰ ਵੀ ਖੂਚ ਧੱਕਾ ਦਿੰਦੇ ਆ ਤੇ ਦਈ ਜਾਂ ਆਹੋ ਤੇ ਤੂੰ ਸਕੂਟਰ ਰਾਜ ਤੋਂ ਬਾਅਦ ਕਮਰੇ ਦੇ ਅੰਦਰ ਹੀ ਖੜਾ ਕਰਨਾ ਹੈ ਸਕੂਟਰ ਤੇ ਭਾਵੇਂ ਮੇਰੇ ਪਹਿਲਾਂ ਤੂੰ ਆਪਣੇ ਨਾਲ ਬੈਡ ਤੇ ਲੰਮੇ ਪਾ ਲਿਆ ਕਰ ਮੈਂ ਇੱਥੇ ਪਿੰਜਰੇ 'ਚ ਪੈ ਜਾ ਕਰਾਂਗਾ ਫੇਰ ਵੇਖਾਂਗਾ ਮੈਨੂੰ ਕਿਵੇਂ ਖੋਲਦਾ ਹੈ